ਦ ਪੰਜਾਬ ਟੀਵੀ ਦੀ ਇਸ ਵੇਲੇ ਸਭ ਤੋਂ ਵੱਡੀ ਖਬਰ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਆ ਖਡੂਰਸੇਵ ਲੋਕ ਸਭਾ ਹਲਕੇ ਤੋਂ ਵੱਡੀ ਖਬਰ ਇਸ ਵੇਲੇ ਦੀ ਆ ਰਹੀ ਹੈ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਲਗਾਤਾਰ ਆਪਣੀ ਲੀਡ ਵਧਾਉਂਦੇ ਦਿਖਾਈ ਦੇ ਰਹੇ ਨੇ ਪਹਿਲਾਂ ਉਹ ਲਗਭਗ 36000 ਵੋਟ ਨਾਲ ਅੱਗੇ ਚੱਲ ਰਹੇ ਸਨ ਅਤੇ ਹੁਣ ਉਹਨਾਂ ਨੇ 3000 ਦੀ ਛਲਾਂਗ ਮਾਰੀ ਹੈ ਅਤੇ 39000 ਵੋਟਾਂ ਦੀ ਲੀਡ ਦੇ ਨਾਲ ਉਹ ਅੱਗੇ ਚੱਲ ਰਹੇ ਨੇ ਬਹੁਤ ਵੱਡਾ ਮੁਕਾਬਲਾ ਮੰਨਿਆ ਜਾ ਰਿਹਾ ਸੀ ਬੀਬੀ ਪਰਮਜੀਤ ਕੌਰ ਖਾਲੜਾ ਦੇ ਨਾਲ ਪਰ ਅਜੇ ਹਾ ਕੁਝ ਵੀ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੁਣ ਇਹ ਇਸ ਵੇਲੇ ਜਦ ਕਿ ਪਹਿਲੇ ਦੀ ਲੀਡ ਜਸਬੀਰ ਸਿੰਘ ਡਿੰਪਾ ਲੈ ਚੁੱਕੇ ਨੇ ਬੀਬੀ ਜਗੀਰਕੌਰ ਵੀ ਕਿਤੇ ਦੂਰ ਦੂਰ ਤੱਕ ਨਹੀਂ ਬੀਬੀ ਪਰਮਜੀਤਕੌਰ ਖਲੜਾ ਵੀ ਕਿਤੇ ਦੂਰ ਦੂਰ ਤੱਕ ਨਹੀਂ ਅਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਤਾਂ ਲੱਭਿਆ ਨਹੀਂ ਲੱਭ ਰਿਹਾ ਕਾਂਗਰਸ ਪਾਰਟੀ ਪਹਿਲੀ ਵਾਰ ਖਡੂਰ ਸਾਹਿਬ ਹਲਕਾ ਜਿੱਤ ਸਕਦੀ ਹੈ ਅਜਿਹਾ ਹੁਣੇ ਤੋਂ ਪ੍ਰਤੀਤ ਹੁੰਦਾ ਦਿਖਾਈ ਦੇ ਰਿਹਾ ਹੈ ਅਜੇ ਬਹੁਤ ਗੇੜ ਦੀ VOTING ਜਾਰੀ ਹੈ ਅਤੇ 39000 ਦੀ ਲੀਡ ਹੁਣੇ ਜਸਬੀਰ ਸਿੰਘ ਡਿੰਪਾ ਲੈ ਚੁੱਕੇ ਨੇ ਵੱਡਾ ਦਾਵਾ ਕਾਂਗਰਸ ਪਾਰਟੀ ਵੱਲੋਂ ਵੀ ਕੀਤਾ ਗਿਆ ਸੀ ਕਿ ਅਸੀਂ ਵੱਡੀ ਲੀਡ ਨਾਲ ਜਿੱਤਾਂਗੇ ਤੇ ਦਾਵਾ ਕਾਂਗਰਸ ਪਾਰਟੀ ਦਾ ਸੱਚ ਹੁੰਦਾ ਦਿਖਾਈ ਦੇ ਰਿਹਾ ਸ਼੍ਰੋਮ ਸਾਸੀ ਕੇ ਬੀਬੀ ਜਗੀਰ कौर ਪੰਥਕ ਉਮੀਦਵਾਰ ਨੇ ਅਤੇ ਖਡੂਰ ਸਾਹਿਬ ਪੰਥਕ ਹਲਕਾ ਇਸ ਕਰਕੇ ਸ਼੍ਰੋਮਣੀ ਅਕਾਲ ਦਲ ਹੀ ਜਿੱਤੇਗਾ ਪਰ ਅਜੇ ਹਾਂ ਹੁੰਦਾ ਦਿਖਾਈ ਨਹੀਂ ਦੇ ਰਿਹਾ ਕਾਫੀ ਦੇਰ ਬਾਅਦ ਕਈ ਸਾਲਾਂ ਬਾਅਦ ਕਾਂਗਰਸ ਪਾਰਟੀ ਇਹ ਸੀਟ ਜਿੱਤ ਸਕਦੀ ਹੈ ਬੀਬੀ ਪਰਮਜੀਤ कौर ਖਾਲੜਾ ਨੂੰ ਲੈ ਕੇ ਬਹੁਤ ਚਰਚਾ ਹੋਈ ਸਭ ਤੋਂ ਜ਼ਿਆਦਾ ਜੇਕਰ ਪੰਜਾਬ ਦੇ ਵਿੱਚ ਕਿਸੇ ਉਮੀਦਵਾਰ ਦੀ ਚਰਚਾ ਹੋਈ ਤਾਂ ਉਹ ਸੀਗੇ ਬੀਬੀ ਪਰਮਜੀਤ कौर ਖਾਲੜਾ ਪਰ ਉਹ ਵੀ ਕਿਤੇ ਮੈਦਾਨ ਦੇ ਵਿੱਚ ਦਿਖਾਈ ਨਹੀਂ ਦਿੰਦੇ ਇਹਦਾ ਪੰਜਾਬ ਟੀਵੀ ਨੇ ਐਗਜ਼ਿਟ ਪੋਲ ਵੀ ਦਿਖਾਇਆ ਸੀ ਕਿ ਕਾਂਗਰਸ ਪਾਰਟੀ ਇੱਥੋਂ ਜਿੱਤ ਸਕਦੀ ਹੈ ਅਤੇ ਅਜਿਹਾ ਹੀ ਹੁੰਦਾ ਦਿਖਾਈ ਦੇ ਰਿਹਾ 39000 ਤੋਂ ਵੱਧ ਦੀ ਲੀਡ ਜਸਬੀਰ ਸਿੰਘ ਡਿੰਪਾ ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਲੈ ਲਈ ਹੈ ਔਰ ਅੱਗੇ ਕੀ ਅਪਡੇਟ ਹੋਏਗੀ ਉਹ ਵੀ ਤੁਹਾਨੂੰ ਦਾ ਪੰਜਾਬ ਟੀਵੀ ਇਸੇ ਤਰ੍ਹਾਂ ਦਿੰਦਾ ਰਹੇ